ਟ੍ਰਾਂਸਫਰ ਆਫ ਅ ਟੀਚਰ ਵਾਸ ਕਨੈਕਟਡ ਵਿਦ ਦੀ ਪਰਫਾਰਮੈਂਸ ਆਫ ਦਾ ਟੀਚਰ ਲਗਾਤਾਰ ਜੋ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੇ ਦੋਸ਼ ਵੀ ਨੇ ਕਿ ਉਹਨਾਂ ਦੇ ਕੋਲੋਂ ਗੈਰ ਵਿਦਿਅਕ ਕੰਮ ਲਈ ਜਾਂਦੇ ਨੇ ਜਿਸ ਦੇ ਕਰਕੇ ਵਿਦਿਆਰਥੀਆਂ ਨੂੰ ਸਹੀ ਤਰ੍ਹਾਂ ਪੜਾ ਨਹੀਂ ਪਾਉਂਦੇ ਨਹੀਂ ਦੇਖੋ ਅਸੀਂ ਕਿਸੇ ਜਗ੍ਹਾ ਤੇ ਕੋਈ ਮੰਡੀਟਰੀ ਤਾਂ ਨਹੀਂ ਕੀਤਾ ਹੋਇਆ ਮੈਂ ਸਮਝਦਾ ਕਿ ਕਿਸੇ ਸਰਕਾਰੀ ਡਿਊਟੀ ਦੇ ਨਾਲ ਕਦੇ ਡਿਊਟੀ ਐਸੀ ਨਹੀਂ ਲੱਗਦੀ ਜਿਸ ਦੇ ਨਾਲ ਕੋਈ ਬੱਚਿਆਂ ਦੀ ਕੋਈ ਪੜ੍ਹਾਈ ਦੇ ਵਿੱਚ ਦਿੱਕਤ ਆਂਦੀ ਹੋਵੇ ਸਾਹਿਬ ਲਗਾਤਾਰ ਵੇਖਣ ਵਿੱਚ ਆਇਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਜੋ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਲਈ ਕਿਤਾਬਾਂ ਹੁੰਦੀਆਂ ਉਹ ਸਮੇਂ ਸਿਰ ਨਹੀਂ ਆਉਂਦੀਆਂ ਨਾਲ ਹੀ ਜੇਕਰ ਵਰਦੀਆਂ ਦੀ ਵੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਵੀ ਸਾਹਮਣੇ ਆਇਆ ਸੀ ਕਿ ਇੱਕ ਤਾਂ ਸਮੇਂ ਤੋਂ ਬਾਅਦ ਮਿਲੀ ਉੱਪਰੋਂ ਉਸ ਦੇ ਨਾਪ 'ਚ ਵੀ ਕੋਈ ਕਮੀ ਅਜਿਹੀਆਂ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਜਿਸ ਕਰਕੇ ਵਿਦਿਆਰਥੀਆਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਆ ਜਿੱਥੇ ਤੱਕ ਤੁਸੀਂ ਬੱਚਿਆਂ ਦੀ ਕਿਤਾਬਾਂ ਦੀ ਗੱਲ ਕੀਤੀ ਹੈ ਉਹਦੇ ਲਈ ਅਸੀਂ ਇੱਕ ਸਕੀਮ ਬਣਾਈ ਸੀ ਆਪਸ ਦੇ ਵਿੱਚ ਹਲੇ ਅਸੀਂ ਉਹਨੂੰ ਲਾਗੂ ਨਹੀਂ ਕੀਤਾ ਪਰ ਉਹਦੇ ਤੇ ਅਸੀਂ ਵਿਚਾਰ ਕੀਤਾ ਹੈ ਮੰਤਰੀ ਸਾਹਿਬ ਤੁਹਾਡੇ ਵੱਲੋਂ ਲਗਾਤਾਰ ਕਈ ਸਕੀਮਾਂ ਲਾਗੂ ਕਰਨ ਦੀਆਂ ਗੱਲਾਂ ਕਈਆਂ ਗਈਆਂ ਹੈ ਕਈ ਪਾਲਿਸੀਆਂ ਬਣਾਉਣ ਦੀਆਂ ਗੱਲਾਂ ਕਈਆਂ ਗਈਆਂ ਪਰ ਮੌਜੂਦਾ ਸਮੇਂ ਦੇ ਵਿੱਚ ਖਸਾ ਹਾਲ ਇਮਾਰਤਾਂ ਦੇ ਵਿੱਚ ਖੋਫ ਦੇ ਸائے ਦੇ ਵਿੱਚ ਜੋ ਵਿਦਿਆਰਥੀ ਤੇ ਅਧਿਆਪਕ ਹੈ ਪੜਨ ਪੜਾਉਣ ਦੇ ਲਈ ਮਜਬੂਰ ਹੈ 1 April 2020 ਤੱਕ ਆ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਆਪਣੇ ਸਾਰੇ ਸਕੂਲਾਂ ਦੇ ਜਿ ਵਿੱਚ ਜੜੀ ਅਧਿਆਪਕਾਂ ਦੀ ਕਮੀ ਹੈ ਜਾਂ ਖਾਮੀ ਹੈ ਅਸੀਂ ਉਹਨੂੰ ਪੂਰਾ ਕਰ ਸਕੀਏ ਤਾਂ ਕਿ ਬੱਚਿਆਂ ਦੀ ਸਿੱਖਿਆ ਦੇ ਵਿੱਚ ਕੋਈ ਦਿੱਕਤ ਨਾ ਆਵੇ। ਸਾਤਸ਼੍ਰੀ ਅਕਾਲ अजीत ਵੈਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਪਰਮਜੀਤ ਕੋਰ ਸੈਣੀ ਇੱਕ ਵਾਰ ਫਿਰ ਰੂਬਰੂ ਹੋਇਆ ਖਾਸ ਸ਼ਖਸੀਅਤ ਦੇ ਨਾਲ ਜਿਹਾ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੁਬਾ ਪੰਜਾਬ ਦੇ ਪੀ ਡਬਲਯੂ ਡੀ ਅਤੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਜੀ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਦੇ ਵਿਭਾਗਾਂ ਬਾਰੇ ਇਹਨਾਂ ਦੇ ਕੋਲੋਂ ਜਾਣਕਾਰੀ ਹਾਸਲ ਕਰਦੇ ਹਾਂ ਸਭ ਤੋਂ ਪਹਿਲਾਂ ਮੰਤਰੀ ਸਾਹਿਬ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਮੈਂ ਕਹਿੰਦੇ ਨੇ ਕਿ ਕਿਸੇ ਵੀ ਸੂਬੇ ਜਾਂ ਦੇਸ਼ ਦੀ ਤਰੱਕੀ ਦੇ ਲਈ ਜ਼ਰੂਰੀ ਹੁੰਦਾ ਹੈ ਕਿ ਉੱਥੋਂ ਦੇ ਨਾਗਰਿਕਾਂ ਦਾ ਪੜ੍ਹਿਆ ਲਿਖਿਆ ਹੋਣਾ ਤੇ ਜੇਕਰ ਇਹਨਾਂ ਨਾਗਰਿਕਾਂ ਨੂੰ ਪੜ੍ਹਾਉਣ ਲਿਖਾਉਣ ਦੀ ਜ਼ਿੰਮੇਵਾਰੀ ਪੜ੍ਹੇ ਲਿਖੇ ਤੇ ਕਾਬਿਲ ਮੋਢਿਆਂ ਤੇ ਹੋਵੇ ਤਾਂ ਕੀ ਕਹਨੇ ਜੀ ਹਾਂ ਪੰਜਾਬ ਦੇ ਪੜ੍ਹੇ ਲਿਖੇ ਅਤੇ ਨੌਜਵਾਨ ਮੰਤਰੀਆਂ ਵਿੱਚੋਂ ਇੱਕ ਵਿਜੇਂਦਰ ਸਿੰਘਲਾ ਜੀ ਜਿਨ੍ਹਾਂ ਨੂੰ ਕੀ ਪੰਜਾਬ ਦੀ ਕੈਪਟਨ ਸਰਕਾਰ ਦੇ ਵੱਲੋਂ ਸਿੱਖਿਆ ਵਿਭਾਗ ਦਿੱਤਾ ਗਿਆ ਹੈ ਤੇ ਪੀ ਡਬਲਯੂਟੀ ਡਿਪਾਰਟਮੈਂਟ ਦਿੱਤਾ ਗਿਆ ਹੈ ਆਓ ਇਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆਂ ਤੇ ਜਾਣਦੇ ਆਂ ਕਿ ਜੋ ਪੰਜਾਬ ਦਾ ਸਿੱਖਿਆ ਦਾ ਪਦਰ ਹੈ ਇਸ ਸਮੇਂ ਕੀ ਸਥਿਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵੱਲੋਂ ਇਸ ਸਿੱਖਿਆ ਦੇ ਪੱਧਰ ਨੂੰ ਵੱਧ ਤੋਂ ਵੱਧ ਉੱਚਾ ਚੁੱਕਣ ਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ ਸੋ ਮੰਤਰੀ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਮੈਂ ਇਹ ਧੰਨਵਾਦ ਕਰਨਾ ਚਾਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਜੀ ਦਾ ਪੰਜਾਬ ਦੀ ਸਰਕਾਰ ਦਾ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਸਿੱਖਿਆ ਦਾ ਤੇ ਲੋਕ ਨਿਰਮਾਣ ਦਾ ਵਿਭਾਗ ਦੇ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਔਰ ਧੰਨਵਾਦ ਕਰਨਾ ਚਾਹੁੰਦਾ ਹੈ ਸੰਗਰੂਰ ਦੀ ਜਨਤਾ ਦਾ ਜਿਨ੍ਹਾਂ ਦੇ ਪਿਆਰ ਤੇ ਆਸ਼ੀਰਵਾਦ ਸਦਕਾ ਮੈਂ ਕਾਬਲ ਬਣ ਸਕੇ ਹਿੱਥੇ ਤੱਕ ਸਿੱਖਿਆ ਦੀ ਗੱਲ ਹੈ 2-3 ਮਹੀਨੇ ਪਹਿਲਾਂ ਹੀ ਮੈਨੂੰ ਇਸ ਮਹਿਕਮੇ ਦੀ ਜ਼ਿੰਮੇਵਾਰੀ ਮਿਲੀ ਆਪਾਂ ਸਭ ਨੂੰ ਪਤਾ ਹੈ ਕਿ ਜੇ ਪੰਜਾਬ ਦੇ ਸਕੂਲਾਂ ਦੀ ਗੱਲ ਕਰੀਏ ਬਹੁਤ ساری ਜਗ੍ਹਾ ਦੇ ਉੱਪਰ ਪੰਜਾਬ ਦੇ ਸਕੂਲਾਂ ਦੀ ਇਮਾਰਤਾਂ ਨੂੰ ਠੀਕ ਕਰਨ ਵਾਸਤੇ ਵੀ ਬਹੁਤ ਵੱਡੀ ਜ਼ਰੂਰਤ ਹੈ ਕਿਉਂਕਿ ਪੰਜਾਬ ਦੇ ਸਿੱਖਿਆ ਵਿਭਾਗ ਦੇ ਥੱਲੇ ਅੰਦਾਜ਼ਨ 19000 ਸਕੂਲ ਆਉਂਦੇ ਔਰ ਇਹ 19000 ਸਕੂਲਾਂ ਦੇ ਵਿੱਚ ਲਗਭਗ 1 ਲੱਖ ਤੇ 25000 ਅਧਿਆਪਕ ਇਹ ਸਕੂਲਾਂ ਨੂੰ ਚਲਾਉਣ ਵਾਸਤੇ ਸਿੱਖਿਆ ਵਿਭਾਗ ਦੀ ਮਦਦ ਕਰਦੇ ਆ ਤਾਂ ਕਿ ਪੰਜਾਬ ਦਾ ਜਿਹੜਾ ਭਵਿੱਖ ਹੈ ਜਿਹੜਾ ਸਾਡੇ ਨੌਜਵਾਨ ਬੱਚੇ ਹੈ ਜੋ ਸਾਡੀ ਪੀੜ੍ਹੀ ਹੈ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸੇਵਾ ਕਰਨੀ ਹੈ بڑے بڑے ਧਾਰਿਆਂ ਤੇ ਬਹਿ ਕੇ ਆਪਣੀ ਕਾਬਲੀਅਤ ਦੇ ਤਹਿਤ ਤਾਂ ਇਹ ਦੋ ਬੜੀਆਂ ਅਹਿਮ ਚੀਜ਼ਾਂ ਹੈ ਚਾਹੇ ਉਹ ਅਧਿਆਪਕ ਦੀ ਗੱਲ ਕਰੀਏ ਤੇ ਚਾਹੇ ਸਕੂਲਾਂ ਦੀ ਇਮਾਰਤਾਂ ਦੀ ਗੱਲ ਕਰੀਏ ਔਰ ਦੋਨਾਂ ਨੂੰ ਲੈ ਕੇ ਪਿਛਲੇ 2 ਮਹੀਨਿਆਂ ਵਿੱਚ ਅਸੀਂ ਬੜਾ ਮਹੱਤਵਪੂਰਨ ਕੰਮ ਕੀਤਾ ਹੈ ਜਿਸ ਦੇ ਵਿੱਚ ਇੱਕ ਸਭ ਤੋਂ ਪਹਿਲਾ ਕੰਮ ਅਸੀਂ ਕੀਤਾ ਟੀਚਰ ਟਰਾਂਸਫਰ ਪਾਲਿਸੀ ਦਾ ਕੋਈ ਵੀ ਅਧਿਆਪਕ ਜਿਹਦੀ ਬਦਲੀ ਅੱਜ ਤੋਂ ਪਹਿਲਾਂ ਕਿਸੇ ਦੇ ਕਹਿਣ ਤੇ ਹੁੰਦੀ ਸੀ ਜਾਂ ਕਿਸੇ ਦੀ ਸਿਫਾਰਿਸ਼ ਤੇ ਹੁੰਦੀ ਸੀ ਅਸੀਂ ਟੀਚਰ ਦੀ ਬਦਲੀ ਦੀ ਇੱਕ ਪਾਲਿਸੀ ਬਣਾਈ ਔਰ ਉਸ ਪਾਲਿਸੀ ਨੂੰ ਅਸੀਂ ਮਨਜ਼ੂਰ ਕੀਤਾ ਤੇ 1 ਮਹੀਨੇ ਦੇ ਅੰਦਰ ਅੰਦਰ ਅਸੀਂ ਅੰਦਾਜ਼ਨ 3 ਰਾਉਂਡਸ ਦੇ ਤਹਿਤ 7000 ਟੀਚਰਜ਼ ਦੀ ਬਦਲੀ ਕੀਤੀ ਔਰ ਉਹ ਬਦਲੀ ਨੂੰ ਟੋਟਲ ਮੈਰਿਟ ਦੇ ਉੱਪਰ ਕੀਤਾ ਔਰ ਮੈਰਿਟ ਦਾ ਜੋ ਕ੍ਰਾਈਟੇਰੀਆ ਰੱਖਿਆ ਉਹ ਅਸੀਂ ਮੇਨ ਤੌਰ ਤੇ ਇਹ ਰੱਖਿਆ ਕਿ ਕਿਹੜਾ ਟੀਚਰ ਹੈ ਜਿਸ ਦੀ ACR ਦੇ ਵਿੱਚ ਉਹਦੇ ਕਿੰਨੇ ਨੰਬਰ ਹੈ ਜਿਹੜੀ ਕਲਾਸ ਨੂੰ ਉਹ ਪੜਾਉਂਦਾ ਸੀ ਉਸ ਕਲਾਸ ਦੇ ਬੱਚਿਆਂ ਦਾ ਕੀ ਨਤੀਜਾ ਆਇਆ ਉਸ ਸਾਥੀ ਦੀ ਕਿੰਨੇ ਲੰਬੇ ਸਮੇਂ ਤੋਂ ਸਰਵਿਸ ਹੈ ਅਗਰ ਉਹ ਇੱਕ ਭੈਣ ਹੈ ਤਾਂ ਉਹਨੂੰ 10 ਨੰਬਰ ਇੱਕ ਕਈ ਵਾਰ ਨਵੀਆਂ ਬੱਚੀਆਂ ਦਾ ਵਿਆਹ ਹੋ ਜਾਂਦਾ ਹੈ ਤੇ ਉਹਨਾਂ ਨੂੰ ਦੂਜੇ ਆਪਣੇ ਹਸਬੰਡ ਦੇ ਵਾਲੇ ਸਟੇਸ਼ਨ ਤੇ ਜਾਣ ਦੀ ਲੋੜ ਹੁੰਦੀ ਹੈ ਉਹਨੂੰ ਬੱਚੀ ਨੂੰ ਅੱਧ ਪੰਜ ਨੰਬਰ ਹੋਰ ਔਰ ਇਸੇ ਤਰੀਕੇ ਨਾਲ ਜੇ ਕੋਈ ਅਧਿਆਪਕ ਦਾ ਬੱਚਾ ਸਰਕਾਰੀ ਸਕੂਲ ਚ ਪੜਦਾ ਹੈ ਤਾਂ ਉਸ ਨੂੰ ਵੀ ਵੱਡੇ ਪੈਮਾਨੇ ਤੇ ਨੰਬਰ ਦੇਣ ਦੀ ਗੱਲ ਕੀਤੀ ਤਾਂ ਕਿ ਜਿਹੜੇ ਅਧਿਆਪਕ ਮਿਹਨਤ ਕਰਦੇ ਹੈ ਜਿਹੜੇ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਗਰੀਬ ਬੱਚਿਆਂ ਦੀ ਮਦਦ ਕਰਨ ਵਾਸਤੇ ਆਪਣਾ ਪਰਿਵਾਰ ਤੋਂ ਉੱਪਰ ਉੱਠ ਕੇ ਸਮਾਂ ਲਗਾਉਂਦੇ ਹਨ ਉਹਨਾਂ ਦੀ ਜਿਹੜੀ ਉਹਨਾਂ ਦਾ ਤਬਾਦਲਾ ਹੈ ਜਾਂ ਉਹਨਾਂ ਦੀ ਬਦਲੀ ਹੈ ਉਹ ਮੈਰਿਟ ਦੇ ਅਧੀਨ ਹੋਵੇ ਤਾਂ ਅਸੀਂ ਉਹਦਾ ਇੱਕ 250 ਨੰਬਰ ਦਾ ਇੱਕ ਸਿਸਟਮ ਬਣਾਇਆ ਜਿੱਦੇ ਵਿੱਚ ਜਿਹੜੇ ਟੀਚਰ ਦੇ ਸਭ ਤੋਂ ਵੱਧ ਨੰਬਰ ਉਨੋਂ ਦੀ ਫਰਸਟ ਪ੍ਰੀਫਰੈਂਸ ਆਫ ਸਟੇਸ਼ਨ ਸੋ ਹਰ ਟੀਚਰ ਨੂੰ ਪੰਜ ਸਟੇਸ਼ਨ ਮੰਗਣ ਦੀ ਉਹਦੇ ਵਿੱਚ ਪ੍ਰੋਵੀਜ਼ਨ ਸੀਗੀ ਤੇ ਉਸ ਤੋਂ ਬਾਅਦ ਹਰ ਟੀਚਰ ਦੇ ਜਿਹਦੇ ਸਭ ਤੋਂ ਵੱਧ ਸੀ ਉਹਨੂੰ ਪਹਿਲੇ ਨੰਬਰ ਦਾ ਸਟੇਸ਼ਨ ਮਿਲ ਗਿਆ ਉਹਦੀ ਪਹਿਲੀ ਚੁਆਇਸ ਮਿਲ ਗਈ ਜਿਹਦੇ ਦੂਜੇ ਨੰਬਰ ਬਣੇ ਉਹਦੇ ਦੂਜੇ ਚੁਆਇਸ ਮਿਲ ਗਈ ਤਾਂ ਇਸ ਤਰੀਕੇ ਨਾਲ ਅਸੀਂ ਬੜੀ ਪਾਰਦਰਸ਼ਤਾ ਦੇ ਨਾਲ ਇਸ ਨੂੰ ਪਾਲਿਸੀ ਨੂੰ ਅਸੀਂ ਇੰਪਲੀਮੈਂਟ ਕੀਤਾ ਇੱਕ ਵੀ ਬਦਲੀ ਅਸੀਂ ਮੈਨੂਅਲ ਨਹੀਂ ਕੀਤੀ ਬਾਕੀ ਅਧਿਆਪਕਾਂ ਨੂੰ ਵੀ ਇਹ ਲੱਗੂਗਾ ਕਿ ਸਾਨੂੰ ਅਗਰ ਅਸੀਂ ਆਪਣੇ ਘਰ ਦੇ ਨੇੜੇ ਜਾਣਾ ਹੈ ਜਾਂ ਅਸੀਂ ਆਪਣੇ ਚੁਆਇਸ ਆਫ ਸਟੇਸ਼ਨ ਜਾਣਾ ਹੈ ਤਾਂ ਸਾਨੂੰ ਪਰਫਾਰਮ ਕਰਨਾ ਪੈਣਾ ਸੋ ਦੀ ਟਰਾਂਸਫਰ ਆਫ ਅ ਟੀਚਰ ਵਾਸ ਕਨੈਕਟਡ ਵਿਦ ਦੀ ਪਰਫਾਰਮੈਂਸ ਆਫ ਦਾ ਟੀਚਰ ਹਾਊ ਹੀ ਹੈਜ਼ ਪਰਫਾਰਮਡ ਇਨ ਦਾ ਸਕੂਲ ਹਾਊ ਇਨ ਹਿਸ ਟੀਚਿੰਗ ਸੋ ਇਹਦੇ ਬੜਾ ਵੱਡਾ ਅਸੀਂ ਕੀਤਾ ਤੇ ਦੂਜਾ ਜਿਹੜਾ ਸਕੂਲਾਂ ਦੀ ਇਮਾਰਤਾਂ ਦੀ ਆਪਾਂ ਗੱਲ ਕੀਤੀ ਹੈ ਉਹਦੇ ਵਾਸਤੇ ਅਸੀਂ ਇੱਕ ਸਮਾਰਟ ਸਕੂਲ ਪਾਲਿਸੀ ਅਸੀਂ ਅਨਵੀਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੀ ਥੌਟ ਪ੍ਰੋਸੈਸ ਸੀਗੀ ਔਰ ਕਾਂਗਰਸ ਪਾਰਟੀ ਦੀ ਹਮੇਸ਼ਾ ਥੌਟ ਰਹੀ ਹੈ ਕਿ ਅਸੀਂ ਚੰਗੀ ਸਿੱਖਿਆ ਦੇ ਸਕੀਏ ਇਹ ਸਮਾਰਟ ਸਕੂਲ ਪਾਲਿਸੀ ਦੇ ਅਧੀਨ ਅਸੀਂ ਇਹ ਫਰੇਮਵਰਕ ਬਣਾਇਆ ਹੈ ਕਿ ਬਹੁਤ ਸਾਰੇ ਕਿਉਂਕਿ 19000 ਸਕੂਲ ਹੈ ਤੇ 19000 ਸਕੂਲਾਂ ਨੂੰ ਕੋਈ ਵੀ ਸਰਕਾਰ 1 ਮਿੰਟ ਦੇ ਵਿੱਚ ਉਹਨੂੰ ਠੀਕ ਨਹੀਂ ਕਰ ਸਕਦੀ ਤਾਂ ਅਸੀਂ ਕਿਹਾ ਕਿ ਕਮਿਊਨਿਟੀ ਪਾਰਟਿਸਪੇਸ਼ਨ ਕਰੋ 스마트 ਸੀ ਵੀ ਜਥੇਬੰਦੀਆਂ ਦੀ ਦਾਨੀ ਲੋਕਾਂ ਦੀ ਐਨ ਆਰ ਆਈਜ਼ ਦੀ ਖਾਸ ਤੌਰ ਤੇ ਇੱਕ ਇੱਛਾ ਹੁੰਦੀ ਹੈ ਕਿ ਭਾਵੇਂ ਉਹ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੱਡੀਆਂ-ਵੱਡੀਆਂ ਮੱਲਾ ਮਾਰ ਰਹੇ ਆ ਵੱਡੀ-ਵੱਡੀ ਜਗ੍ਹਾ ਤੇ ਪਹੁੰਚ ਗਏ ਉਹਨਾਂ ਦਾ ਲਗਾ ਤੇ ਪਿਆਰ ਤੇ ਆਪਣਾ ਜੋੜ ਉਹਨਾਂ ਦਾ ਆਪਣੇ ਪਿੰਡ ਦੇ ਨਾਲ ਹਮੇਸ਼ਾ ਜੁੜੇ ਰਹਿੰਦਾ ਔਰ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਇਹ ਭਾਵਨਾ ਵੀ ਰਹਿੰਦੀ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਦੇ ਨੋਂ ਨੂੰ ਤੇ ਆਪਣੇ ਪਿੰਡ ਦੇ ਵਿੱਚ ਲੋਕ ਜਿਹੜੇ ਹੈ ਉਹਨਾਂ ਵਾਸਤੇ ਅਸੀਂ ਕੁਝ ਕਰੀਏ। ਤੋਂ ਅਸੀਂ ਇਹ ਸਮਾਰਟ ਸਕੂਲ ਪਾਲਿਸੀ ਦੇ ਵਿੱਚ ਅਸੀਂ ਇਹ ਗੱਲ ਕੀਤੀ ਕਿ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਕੋਈ ਵੀ ਸੰਸਥਾ ਕੋਈ ਵੀ ਐਨਆਰਆਈ ਕੋਈ ਵੀ ਦਾਨੀ ਕੋਈ ਵੀ ਸਮਾਰਟ ਸੇਵੀ ਜਥੇਬੰਦੀ ਕੋਈ ਵੀ ਬੰਦਾ ਕੋਈ ਇਮਾਰਤ ਨੂੰ ਇੰਪਰੂਵ ਕਰਨ ਵਾਸਤੇ ਉਹਦੇ ਤੇ ਕੋਈ ਕਮਰੇ ਦੀ ਉਸਾਰੀ ਹੋਣ ਵਾਲੀ ਹੈ ਕਮਰੇ ਨੂੰ ਅਪਗ੍ਰੇਡ ਕਰਨ ਦੀ ਗੱਲ ਹੈ ਉਹ ਅਗਰ ਆਪਣਾ ਪੈਸਾ ਖਰਚ ਕਰਨਗੇ ਤਾਂ ਅਸੀਂ ਉਹਨਾਂ ਨੂੰ ਸਮਾਰਟ ਸਕੂਲ ਸਮਾਰਟ ਸਕੂਲ ਦੇ ਵਿੱਚ ਇਨਕਲੂਡ ਕਰਾਂਗੇ ਔਰ ਇੱਕ ਬਲਾਕ ਦਾ ਨਾਮ ਖਾਸ ਤੌਰ ਤੇ ਉਸ ਪਰਿਵਾਰ ਦੇ ਕਿਸੇ ਮੁਖੀ ਦੇ ਨਾਮ ਤੇ ਜਾਂ ਜਿਸ ਦਾ ਜਿਹੜਾ ਵੀ ਪਰਿਵਾਰ ਕੋਈ ਪੈਸਾ ਖਰਚ ਕਰ ਰਿਹਾ ਉਸ ਦੇ ਨਾਮ ਤੇ ਕਰਾਂਗੇ ਜੋ ਵੀ ਸਾਡੀ ਜਿਹੜੀ ਸਕੂਲ ਮੈਨੇਜਮੈਂਟ ਕਮੇਟੀ ਹੈ ਉਹ ਉਹਨੂੰ ਅਪਰੂਵ ਕਰੂਗੀ ਤਾਂ ਕਿ ਉਹਦਾ ਪਛੋਕੜ ਚੰਗਾ ਹੋਵੇ ਜਿਹਦੀ ਇੱਕ ਛਵੀ ਚੰਗੀ ਹੋਵੇ ਉਹਦੇ ਨਾਮ ਤੇ ਅਸੀਂ ਕਰਨ ਵਾਸਤੇ ਪਾਲਿਸੀ ਵਿੱਚ ਲੈ ਕੇ ਆਏ ਆਂ ਔਰ ਜਿਹੜੇ ਜਿਹੜੇ ਸਕੂਲਾਂ ਵਿੱਚ ਸਮਾਰਟ ਸੇਵੀ ਜਥੇਬੰਦੀਆਂ ਦੇ ਤਹਿਤ ਪੈਸਾ ਖਰਚ ਕੀਤਾ ਜਾਊਗਾ ਤੇ ਉਹਨਾਂ ਦੇ ਬਿਲਡਿੰਗ ਇਨਫਰਾਸਟ੍ਰਕਚਰ ਨੂੰ ਅਪਗ੍ਰੇਡ ਕਰਨ ਵਾਸਤੇ ਪੈਸਾ ਖਰਚ ਕੀਤਾ ਜਾਊਗਾ ਉਹਨੂੰ ਅਸੀਂ ਸਮਾਰਟ ਸਕੂਲ ਬਣਾਵਾਂਗੇ ਔਰ ਅਸੀਂ ਆਪਣੇ ਵੱਲੋਂ LEDS ਪ੍ਰੋਜੈਕਟਰ ਵਾਈਟ ਬੋਰਡਸ ਬੈਂਚਸ solar panels biometrics ਵਰਗੀਆਂ ਸਾਰੀਆਂ ਚੀਜ਼ਾਂ ਅਸੀਂ ਆਪਣੇ ਵੱਲੋਂ ਮਈਆ ਕਰਾਵਾਂਗੇ ਔਰ ਮੈਨੂੰ ਇਹ ਵੀ ਪਤਾ ਹੈ ਕਿ ਬਹੁਤ ਸਾਰੇ ਸਕੂਲਾਂ ਵਿੱਚ ਟੀਚਰਾਂ ਦੀਆਂ ਵੀ ਬੜੀਆਂ ਖਾਮੀਆਂ ਹੈਗੀਆਂ ਔਰ ਉਸ ਦੇ ਵਾਸਤੇ ਖਾਸ ਤੌਰ ਤੇ ਰੈਸ਼ਨਲਾਈਜੇਸ਼ਨ ਦੀ ਪਾਲਿਸੀ ਚੱਲ ਰਹੀ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਕੀ ਹੋ ਰਿਹਾ ਸੀਗਾ ਕਿ ਕਈ ਸਕੂਲਾਂ ਵਿੱਚ ਟੀਚਰਸ ਦੇ ਜਿੱਥੇ ਬੱਚੇ ਘੱਟ ਸੀ ਤੇ ਟੀਚਰਜ਼ ਵੱਧ ਬੈਠੇ ਸੀ ਤੋਂ ਸਾਡਾ ਇੱਕ ਰੈਸ਼ਨਲਾਈਜੇਸ਼ਨ ਪਾਲਿਸੀ ਚੱਲ ਰਹੀ ਹੈ ਬਾਏ ਦਿਸੰਬਰ 2019 ਤੱਕ ਸਾਰੇ ਪੰਜਾਬ ਦੇ ਸਕੂਲਾਂ ਵਿੱਚ ਕਿਹੜੇ ਸਕੂਲ ਚ ਕਿੰਨੇ ਟੀਚਰਾਂ ਦੀ ਜ਼ਰੂਰਤ ਹੈ ਡਿਪੈਂਡਿੰਗ ਆਪਾਂ ਦੀ ਨੰਬਰ ਆਫ ਚਿਲड्रन ਸਟੱਡਿੰਗ ਇਨ ਦੈਟ ਸਕੂਲ ਕਿ ਸਾਨੂੰ ਪਤਾ ਹੋਵੇ ਵੀ ਇਸ ਚ ਇਸ ਸਕੂਲ ਚ ਇੰਨੇ ਬੱਚੇ ਆ ਤੇ ਇੰਨੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਇੰਨੇ ਟੀਚਰਾਂ ਦੀ ਲੋੜ ਹੈ ਉਹਦੇ ਨਾਲ ਅਸੀਂ ਇੱਕ ਰੈਸ਼ਨਲਾਈਜੇਸ਼ਨ ਪਾਲਿਸੀ ਲੈ ਕੇ ਆ ਰਹੇ ਹਾਂ ਉਹਦੇ ਨਾਲ ਜਿਹੜੇ ਸਰਪਲਸ ਟੀਚਰ ਹੋਣਗੇ ਉਹ ਦੂਜੇ ਸਕੂਲਾਂ ਚ ਜਾਣਗੇ ਜਿੱਥੇ ਘੱਟ ਟੀਚਰ ਹੈ ਤੇ ਪਲੱਸ ਜਿੰਨੀ ਵੈਕੈਂਸੀ ਸਪੋਰਟਸ ਕੋਈ ਸਕੂਲ ਪੰਜਵੀਂ ਤੱਕ ਦਾ ਉੱਥੇ ਅਗਰ ਅਸੀਂ 10 ਟੀਚਰ ਦੇਣ ਦੀ ਲੋੜ ਹੈ ਤੇ ਉੱਥੇ 8 ਪੋਸਟਡ ਹੈ ਤਾਂ ਸਾਨੂੰ ਦੋ ਟੀਚਰ ਉੱਥੇ ਲਗਾਉਣ ਦੀ ਲੋੜ ਹੈ ਤੇ ਇਸ ਤਰ੍ਹਾਂ ਸਾਨੂੰ ਜਿੰਨੀ ਨਵੀਂ ਭਰਤੀ ਕਰਨ ਦੀ ਲੋੜ ਪਾਊਗੀ ਉਹ ਆਫਟਰ ਰੈਸ਼ਨਲਾਈਜੇਸ਼ਨ ਇਜ਼ ਕੰਪਲੀਟ ਅਸੀਂ ਉਨੀ ਨਵੀਂ ਭਰਤੀ ਕਰਾਂਗੇ ਔਰ ਮੇਰੀ ਕੋਸ਼ਿਸ਼ ਹੈ ਔਰ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ 1 ਅਪ੍ਰੈਲ 2020 ਤੋਂ ਅਗਰ ਸਾਨੂੰ ਫਾਈਨਾਂਸ ਤੋਂ ਯਾਰ ਸਾਰੀਆਂ ਚੀਜ਼ਾਂ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਸਾਡਾ ਰੈਸ਼ਲਾਈਜ਼ੇਸ਼ਨ ਦਾ ਪ੍ਰੋਸੈਸ ਖਤਮ ਹੋ ਜਾਂਦਾ ਹੈ ਤਾਂ ਸਾਡਾ ਇਹ ਟੀਚਾ ਹੈ ਕਿ ਅਸੀਂ 1 April 2020 ਤੋਂ ਕੋਈ ਵੀ ਸਕੂਲ ਜਿਹੜਾ 5ਵੀਂ ਤੱਕ ਹੈ 8ਵੀਂ ਤੱਕ ਹੈ 10ਵੀਂ ਤੱਕ ਹੈ ਜਾਂ 12ਵੀਂ ਤੱਕ ਹੈ ਅਸੀਂ ਉਹ ਸਾਰੇ ਸਕੂਲਾਂ ਨੂੰ ਆਪਣੇ ਕੋਲੋਂ ਟੀਚਰਸ ਪੂਰੇ ਕਰਕੇ ਦੇਈਏ ਤਾਂ ਕਿ ਬੱਚਿਆਂ ਦੇ ਸਿੱਖਿਆ ਦੇ ਵਿੱਚ ਕੋਈ ਕਮੀ ਨਾ ਰਹਿ ਸਕੇ ਜੀ ਬਿਲਕੁਲ ਮੰਤਰੀ ਸਾਹਿਬ ਤੁਹਾਨੂੰ ਵਿਭਾਗ ਮਿਲਿਆ ਕੂਜੀ ਹਜੇ ਸਮਾਂ ਹੋਇਆ ਤੇ ਤੁਹਾਡੇ ਵੱਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਤੇ ਜੇਕਰ ਅਸੀਂ ਸਿੱਖਿਆ ਦੇ ਮਿਆਰ ਦੀ ਗੱਲ ਕਰ ਲਈਏ ਤਾਂ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਹੈ ਇਸ ਦੇ ਉੱਪਰ ਲਗਾਤਾਰ ਦੋਸ਼ ਲੱਗਦੇ ਰਹੇ ਨੇ ਕਿ ਵਧੀਆ ਕਾਰਗੁਜ਼ਾਰੀ ਦਿਖਾਉਣ ਦੇ ਵਾਸਤੇ ਜੋ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਰਿਆਇਤੀ ਨੰਬਰ ਦੇ ਕੇ ਪਾਸ ਕੀਤਾ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਇਸ ਨੇ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਹੈ ਉਸ ਦੇ ਵਕਾਰ ਨੂੰ ਠੇਸ ਪਹੁੰਚਾਈ ਹੈ ਤੇ ਇਸ ਰੁਝਾਨ ਨੂੰ ਰੋਕਣ ਦੀ ਜ਼ਰੂਰਤ ਹੈ ਨਹੀਂ ਅਸੀਂ ਜੋ ਤੁਸੀਂ ਕਿਹਾ ਕਿਸੇ ਜਗ੍ਹਾ ਦੇ ਉੱਪਰ ਪਿਛਲੇ ਸਮੇਂ ਚ ਕੋਈ ਹੋ ਗਿਆ ਹੋਣਾ ਬਟ ਲੇਕਿਨ ਅਸੀਂ ਤਾਂ ਆ ਕੇ ਜੇ ਰਾਈਟ ਟੂ ਐਜੂਕੇਸ਼ਨ ਦੀ ਗੱਲ ਕਰਦੇ ਆਂ ਜਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਗੱਲ ਕਰਦੇ ਆਂ ਅਸੀਂ ਤਾਂ ਆਪਣੇ ਵੱਲੋਂ ਮੈਂ ਤੁਹਾਨੂੰ ਇਹ ਗੱਲ ਜ਼ੋਰਦਾਰ ਤਰੀਕੇ ਨਾਲ ਕਹਿ ਸਕਦਾ ਕਿ ਪੰਜਾਬ ਇਜ਼ ਦੀ ਮਤਲਬ ਵਨ ਆਫ ਦੀ ਫਰਸਟ ਸਟੇਟਸ ਜਿਨ੍ਹਾਂ ਨੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਸ਼ੁਰੂ ਕੀਤੀ ਹੈ ਪਿਛਲੇ 2 ਸਾਲਾਂ ਤੋਂ ਪ੍ਰੀ ਪ੍ਰਾਇਮਰੀ ਕਲਾਸਿਸ ਸ਼ੁਰੂ ਹੋਈਆਂ ਪੰਜਾਬ 'ਚ ਚਾਹੇ ਉਹ ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ ਪਾਰਟ ਹੈ ਤੇ ਬਹੁਤ ਸਾਰੇ ਸੂਬਿਆਂ ਨਾਲੇ ਸ਼ੁਰੂ ਕਰਨਾ ਹੈ ਲੇਕਿਨ ਪੰਜਾਬ ਹਾਸ ਵਨ ਆਫ ਦੀ ਫਰਸਟ ਸਟੇਟਸ ਜਿਨ੍ਹਾਂ ਨੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਪੰਜਾਬ ਵਿੱਚ ਚਾਲੂ ਕੀਤੀ ਹੈ ਔਰ ਜਿਹੜਾ ਹੁਣ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਆ ਰਿਹਾ ਕਿ 5ਵੀਂ ਤੇ 8ਵੀਂ ਕਲਾਸਾਂ ਦੀਆਂ ਦੁਬਾਰਾ ਪੇਪਰ ਕਰਨੇ ਸ਼ੁਰੂ ਕਰੋ ਅਸੀਂ ਉਸ ਨੂੰ ਕਿਤੇ ਸਿਰਫ ਇਹ ਸਾਰੀਆਂ ਚੀਜ਼ਾਂ ਉਹੀਆਂ ਕਈ ਵਾਰ ਕੀ ਹੁੰਦਾ ਸੀ ਕਿ ਜੇ ਬੱਚੇ ਪੰਜਵੀਂ ਤੱਕ ਨਹੀਂ ਪੜ ਪਾਉਂਦੇ ਸੀ ਤਾਂ ਉਹਨਾਂ ਦੀ ਪ੍ਰੋਮੋਸ਼ਨ ਹੋ ਜਾਂਦੀ ਸੀ ਛੇਵੀਂ ਤੱਕ ਤੇ ਉਹ ਦਿਨ ਕਿਉਂ ਹੁੰਦਾ ਸੀ ਜਿਹੜਾ ਬੱਚਾ ਪੰਜਵੀਂ ਵਿੱਚ ਨਹੀਂ ਪਰਫਾਰਮ ਕਰ ਰਿਹਾ ਉਹ ਛੇਵੀਂ ਵਿੱਚ ਚਲੇ ਗਿਆ ਜਿਹੜਾ ਛੇਵੀਂ ਵਿੱਚ ਨਹੀਂ ਪਰਫਾਰਮ ਕਰ ਰਿਹਾ ਉਹ ਸੱਤਵੀਂ ਵਿੱਚ ਚਲੇ ਗਿਆ ਤਾਂ ਅਸੀਂ ਪੰਜਵੀਂ ਤੇ ਅੱਠਵੀਂ ਦੇ ਪੇਪਰ ਦੁਆਰਾ ਇਸ ਪਰ ਦੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਾਂ ਜੋ ਆਰਟੀਈ ਦੀਆਂ ਗਾਈਡਲਾਈਨਸ ਹੈਗੀਆਂ ਅਸੀਂ ਉਹਨੂੰ ਪੂਰਾ ਫਾਲੋ ਅਪ ਕਰ ਕਰਨ ਦੀ ਪੂਰੀ ਜ਼ੋਰਦਾਰ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਆ ਤਾਂ ਕਿ ਅਸੀਂ ਸਿੱਖਿਆ ਦੇ ਮਿਆਦ ਨੂੰ ਉੱਪਰ ਚੱਕ ਸਕੀਏ ਜਿਹੜੇ ਬੱਚੇ ਪਹਿਲਾਂ ਹੁੰਦਾ ਸੀ ਕਿ ਨਾ ਪੜੋ ਤਾਂ ਅੱਗੇ ਪਹੁੰਚ ਜਾਣਗੇ ਤਾਂ ਮੈਂ ਸਮਝਦਾ ਕਿ ਜੇ ਕੋਈ ਬੱਚਾ ਕੋਈ ਵੀਕ ਹੈ ਜਾਂ ਉਹਨੂੰ ਕੋਈ ਹੋਰ ਐਕਸਟਰਾ ਐਜੂਕੇਸ਼ਨ ਜਾਂ ਗਾਈਡੈਂਸ ਦੀ ਜ਼ਰੂਰਤ ਹੈ ਤਾਂ ਉਹਸ ਲੈਵਲ ਤੇ ਸਟਾਪ ਹੋਵੇ ਉਹ ਜਾ ਕੇ ਫਿਰ 9ਵੀਂ ਤੇ 10ਵੀਂ ਦੇ ਰਿਜ਼ਲਟਸ ਨੂੰ ਖਰਾਬ ਨਾ ਕਰੇ ਸੋ ਇਸ ਕਰਕੇ ਦੀਜ਼ ਆਰ ਦਾ ਥਿੰਗਸ ਵਿਚ ਵੀ ਆਰ ਟ੍ਰਾਈਂਗ ਟੂ ਡੂ ਜੀ ਬਿਲਕੁਲ ਮੰਤਰੀ ਸਾਹਿਬ ਜਿਵੇਂ ਕਿ ਤੁਸੀਂ ਪਹਿਲਾਂ ਵੀ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਕਮੀ ਹੈ ਤੇ ਲਗਾਤਾਰ ਜੋ ਸਰਕਾਰੀ ਸਕੂਲਾਂ ਦੇ ਕਲੋ ਗੈਰ ਵਿਦਿਆਕ ਕੰਮ ਲਈ ਜਾਂਦੇ ਨੇ ਜਿਸ ਦੇ ਕਰਕੇ ਵਿਦਿਆਰਥੀਆਂ ਨੂੰ ਸਹੀ ਤਰ੍ਹਾਂ ਪੜਾ ਨਹੀਂ ਪਾਉਂਦੇ ਤੇ ਅਜਿਹੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਨਹੀਂ ਦੇਖੋ ਅਸੀਂ ਕਿਸੇ ਜਗ੍ਹਾ ਤੇ ਕੋਈ ਮੰਡੀਟਰੀ ਤਾਂ ਨਹੀਂ ਕੀਤਾ ਹੋਇਆ ਜੀ ਜਿੱਥੇ ਪੋਟੈਂਸ਼ੀਅਲ ਹੈ ਜਿਵੇਂ ਜਿਸ ਤਰ੍ਹਾਂ ਮੈਂ ਤੁਹਾਨੂੰ ਸਮਾਰਟ ਸਕੂਲ ਦੀ ਪਾਲਿਸੀ ਦੀ ਗੱਲ ਕੀਤੀ ਹੈ ਬਹੁਤ ਸਾਰੇ ਟੀਚਰਸ ਆਪ ਹੀ ਬਹੁਤ ਜ਼ਿਆਦਾ ਆਊਟ ਗoing ਹੁੰਦੇ ਆ ਸੋ ਇਹ ਇਹ ਕਈ ਕਈ ਵੋਲੰਟੀਅਰ ਵੀ ਕਰਦੇ ਆ ਕਈ ਟੀਚਰਸ ਦਾ ਮਾਈਂਡ ਦੇ ਵਿੱਚ ਇਹ ਹੁੰਦਾ ਕਿ ਆਮ ਕਮਿਟਿਡ ਟੂ ਵਰਡਸ ਦਾ ਸੁਸਾਇਟੀ ਤਾਂ ਉਹ ਸਮਾਜ ਨਾਲ ਆਪਣੇ ਆਪ ਨੂੰ ਸਮਰਪਿਤ ਰੱਖ ਕੇ ਸਮਾਜ ਦੀ ਦੇ ਨਾਲ ਜੁੜ ਕੇ ਉਹ ਇਹ ਸਾਰੀਆਂ ਗੱਲਾਂ ਕਰਦੇ ਆ ਤੇ ਕਈ ਵਾਰ ਕਿਸੇ ਜਗ੍ਹਾ ਤੇ ਕੋਈ ਡਿਊਟੀ ਸਰਕਾਰੀ ਵੀ ਲੱਗ ਜਾਂਦੀ ਹੈ ਪਰ ਮੈਂ ਸਮਝਦਾ ਕਿ ਕਿਸੇ ਸਰਕਾਰੀ ਡਿਊਟੀ ਦੇ ਨਾਲ ਕਦੇ ਡਿਊਟੀ ਐਸੀ ਨਹੀਂ ਲੱਗਦੀ ਜਿਸ ਦੇ ਨਾਲ ਕੋਈ ਬੱਚਿਆਂ ਦੀ ਕੋਈ ਪੜ੍ਹਾਈ ਦੇ ਵਿੱਚ ਦਿੱਕਤ ਆndi ਹੋਵੇ ਔਰ ਮੈਂ ਇਨਸ਼ੋਰ ਕਰਾਂਗੇ ਬਿਕੋਜ਼ ਵੀ ਆਰ ਆਲ ਆ ਪਰਟ ਆਫ ਅ ਫੈਮਿਲੀ ਐਂਡ ਵੀ ਆਰ ਆ ਪਰਟ ਆਫ ਈਚ ਆਦਰ ਐਂਡ ਵੀ ਆਰ ਆ ਟੀਮ ਵੀ ਆਰ ਆ ਕਲੈਕਟਿਵ ਟੀਮ ਕਿਉਂਕਿ ਜੇ ਕੋਈ ਪਰਫਾਰਮੈਂਸ ਲੈ ਕੇ ਆਣੀ ਹੈ ਤਾਂ ਕਲਾ ਸਿੱਖਿਆ ਮੰਤਰੀ ਨਹੀਂ ਲੈ ਕੇ ਆ ਸਕਦਾ ਜਾਂ ਮੇਰਾ ਸੈਕਟਰੀ ਕਲਾ ਨਹੀਂ ਲੈ ਕੇ ਆ ਸਕਦਾ ਇਹ ਮੈਂ ਮੇਰਾ ਸੈਕਟਰੀ ਸੈਕਟਰੀ ਸਾਹਿਬ ਦਾ ਆਫਿਸ ਮੇਰਾ ਆਫਿਸ ਐਜੂਕੇਸ਼ਨ ਬੋਰਡ ਦਾ ਆਫਿਸ ਤੇ ਅਧਿਆਪਕ ਸਾਰੇ ਮਿਲਕੇ ਤੇ ਬੱਚੇ ਤੇ ਬੱਚਿਆਂ ਦੇ ਪੇਰੈਂਟਸ ਅਸੀਂ ਸਾਰੇ ਮਿਲਕੇ ਹੀ ਕਿਸੇ ਜ਼ੀਲ ਨੂੰ ਪੂਰਾ ਕਰ ਸਕਦੇ ਆਂ ਜਾਂ ਕਿਸੇ ਚੀਜ਼ ਉੱਪਰ ਕੰਮ ਕਰ ਸਕਦੇ ਆਂ ਜੀ ਬਿਲਕੁਲ ਮੰਤਰੀ ਸਾਹਿਬ ਜਿਵੇਂ ਕਿ ਤੁਸੀਂ ਕਿਹਾ ਕਿ ਕਈ ਅਧਿਆਪਕ ਵੋਲੰਟੀਅਰ ਹੁੰਦੇ ਨੇ ਪਰ ਕਈ ਅਧਿਆਪਕ ਵੋਲੰਟੀਅਰ ਨਹੀਂ ਵੀ ਹੁੰਦੇ ਜਿਵੇਂ ਕਿ ਅਧਿਆਪਕਾਂ ਦਾ ਦੋਸ਼ ਹੈ ਕਿ ਸਿੱਖਿਆ ਵਿਭਾਗ ਦੇ ਜੋ ਸੀਨੀਅਰ ਅਧਿਕਾਰੀ ਉਹਨਾਂ ਦੇ ਵੱਲੋਂ ਪੜੋ ਪੰਜਾਬ ਪੜਾਓ ਪੰਜਾਬ ਵਰਗੇ ਪ੍ਰੋਜੈਕਟਾਂ ਨੂੰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਜਿਸ ਕਰਕੇ ਉਹ ਸਮੇਂ ਸਿਰ ਜੋ ਵਿਦਿਆਰਥੀਆਂ ਦਾ ਸਿਲੇਬਸ ਹੈ ਪੂਰਾ ਨਹੀਂ ਕਰਵਾ ਪਾਉਂਦੇ ਉਹਨਾਂ ਦੀਆਂ ਲਗਾਤਾਰ ਇਹ ਵਾਲੀਆਂ ਸ਼ਿਕਾਇਤਾਂ ਸਾਹਮਣੇ ਆਉ ਨੀ ਮੈਂ ਇਹ ਸ਼ਿਕਾਇਤਾਂ ਦੇ ਵਿੱਚ ਉਹਨਾਂ ਦੀ ਕਿਉਂ ਸ਼ਿਕਾਇਤ ਆਂਦੀ ਆ ਪਰ ਲੇਕਿਨ ਪੜੋ ਪੰਜਾਬ ਪੜਾਓ ਪੰਜਾਬ ਜਿਹੜੀ ਸਕੀਮ ਹੈ ਉਹਦੇ ਨਾਲ ਬਹੁਤ ਵੱਡਾ ਫਾਇਦਾ ਹੋ ਰਿਹਾ ਬੱਚਿਆਂ ਨੂੰ ਔਰ ਮੈਂ ਅੱਜ ਹੀ ਉਹਨਾਂ ਦੀ ਟੀਮ ਨੂੰ ਸਨਮਾਨ ਵੀ ਕਰਕੇ ਆਇਆ ਜਿਹੜੇ ਬੰਦੇ ਕੰਟ੍ਰਿਬਿਊਟ ਕਰ ਰਹੇ ਆ ਔਰ ਉਹਨਾਂ ਦੀ ਮਿਹਨਤ ਨਾਲ ਬੱਚਿਆਂ ਦੇ ਐਜੂਕੇਸ਼ਨ ਦੇ ਵਿੱਚ ਬੜੇ ਵੱਡੇ ਪੱਧਰ ਤੇ ਫਾਇਦਾ ਵੀ ਹੋਇਆ ਔਰ ਜੇ ਨੈਚੁਰਲੀ ਜਦੋਂ ਵੀ ਆਪਾਂ ਕੋਈ ਨਵਾਂ ਸਿਸਟਮ ਸ਼ੁਰੂ ਕਰਦੇ ਹਾਂ ਹੋ ਸਕਦਾ ਹੈ ਕਿ ਕਿਸੇ ਬੰਦੇ ਨੂੰ ਇਨੀਸ਼ੀਅਲੀ ਉਸ ਵਿੱਚ ਪੇਨ ਵੀ ਹੁੰਦੀ ਹੈ ਕਿਸ ਨੂੰ ਚੰਗਾ ਵੀ ਨਹੀਂ ਲੱਗਦਾ ਕਿਉਂਕਿ ਇੰਨਾ بڑا ਸੰਸ ਇੰਨੀ ਵੱਡੀ ਆਰਗੇਨਾਈਜੇਸ਼ਨ ਹੈ ਮੈਂ ਕਿਹਾ 2.5 ਲੱਖ ਟੀਚਰ ਹੈ ਤੇ 19000 ਸਕੂਲ ਹੈ ਤਾਂ ਜਦੋਂ ਇੰਨੇ بڑے ਪੈਮਾਨੇ ਦੇ ਉੱਪਰ ਲੋਕ ਹੁੰਦੇ ਆ ਤਾਂ ਕਈ ਵਾਰ ਕਿਸੇ ਨੂੰ ਕੋਈ ਚੀਜ਼ ਨਹੀਂ ਵੀ ਪਸੰਦ ਆਂਦੀ ਪਰ ਲੇਕਿਨ ਲਾਰਜਰ ਲੈਵਲ ਦੇ ਉੱਪਰ ਇਹ ਦੇਖਿਆ ਗਿਆ ਹੈ ਕਿ ਇਹਦਾ ਸਾਰੇ ਪੰਜਾਬ ਦੇ ਬੱਚਿਆਂ ਦੀ ਜੇ ਸਿੱਖਿਆ ਦੀ ਗੱਲ ਕਰੀਏ ਫਾਇਦਾ ਹੋਇਆ ਜੀ ਮੰਤਰੀ ਸਾਹਿਬ ਲਗਾਤਾਰ ਵੇਖਣ ਵਿੱਚ ਆਇਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਜੋ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਲਈ ਕਿਤਾਬਾਂ ਹੁੰਦੀਆਂ ਉਸ ਸਮੇਂ ਸਿਰ ਨਹੀਂ ਆਉਂਦੀਆਂ ਜੋ ਵਿਦਿਆਰਥੀਆਂ ਨੂੰ ਇਹ ਮੁਸ਼ਕਿਲਾਂ ਦਰਪੇਸ਼ ਹੁੰਦੀਆਂ ਨਾਲ ਹੀ ਜੇਕਰ ਵਰਦੀਆਂ ਦੀ ਵੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਵੀ ਸਾਹਮਣੇ ਆਇਆ ਸੀ ਕਿ ਇੱਕ ਤਾਂ ਸਮੇਂ ਤੋਂ ਬਾਅਦ ਮੇਲੇ ਉੱਪਰ ਉਸ ਦੇ ਨਾਪ 'ਚ ਵੀ ਕੋਈ ਕਮੀ ਅਜਿਹੀਆਂ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਜਿਸ ਕਰਕੇ ਵਿਦਿਆਰਥੀਆਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕੀ ਉਪਰਾਲੇ ਕਰ ਰਹੇ ਹੋ ਜਿੱਥੇ ਤੱਕ ਤੁਸੀਂ ਬੱਚਿਆਂ ਦੀ ਕਿਤਾਬਾਂ ਦੀ ਗੱਲ ਕੀਤੀ ਹੈ ਉਹਦੇ ਲਈ ਅਸੀਂ ਇੱਕ ਸਕੀਮ ਬਣਾਈ ਸੀ ਆਪਸ ਦੇ ਵਿੱਚ ਹਲੇ ਅਸੀਂ ਉਹਨੂੰ ਲਾਗੂ ਨਹੀਂ ਕੀਤਾ ਪਰ ਉਹਦੇ ਤੇ ਅਸੀਂ ਵਿਚਾਰ ਕੀਤਾ ਹੈ ਕਿ ਜਿਹੜੇ ਬੱਚਿਆਂ ਦੀਆਂ ਕਿਤਾਬਾਂ ਬੱਚੇ ਅچھے ਤਰੀਕੇ ਨਾਲ ਮੇਨਟੇਨ ਕਰਨਗੇ ਇੱਕ ਸੇ ਉਹਨਾਂ ਨੂੰ ਅਵਾਰਡ ਵੀ ਦੇਾਂਗੇ ਤੇ ਜੇ ਕਿਸੇ ਇੱਕ ਸਬਜੈਕਟ ਦੇ ਵਿੱਚ ਕੋਈ ਕਲਾਸ ਐਸੀ ਹੋਵੇ ਜਿੱਥੇ ਪ੍ਰੈਕਟੀਕਲ ਦੇ ਨੰਬਰ ਲੱਗਦੇ ਆ ਤਾਂ ਜਿਹੜਾ ਬੱਚਾ ਆਪਣੀਆਂ ਕਿਤਾਬਾਂ ਨੂੰ ਅੱਛਾ ਮੇਨਟੇਨ ਕਰੂਗਾ ਅਸੀਂ ਉਹਦੀਆਂ ਕਿਤਾਬਾਂ ਦੇ ਅੱਛਿਆ ਮੇਨਟੇਨੈਂਸ ਜਿਹੜੇ ਮਾਰਕਸ ਹਨ ਉਹਨੂੰ ਪ੍ਰੈਕਟੀਕਲ ਐਗਜ਼ਾਮ ਦੇ ਵਿੱਚ ਵੀ ਬੈਨੀਫਿਟ ਦੇਵਾਂਗੇ ਸੋ ਤਾਂਕਿ ਬੱਚੇ ਆਪਣੀਆਂ ਕਿਤਾਬਾਂ ਨੂੰ ਸੰਭਾਲਣ ਤੇ ਉਹ ਵਾਲੀਆਂ ਕਿਤਾਬਾਂ ਦੂਜੇ ਬੱਚਿਆਂ ਦੇ ਵੀ ਯੂਜ਼ 'ਚ ਆ ਸਕਣ ਤੁਸੀਂ ਗੱਲ ਕੀਤੀ ਹੈ ਵਰਦੀਆਂ ਦੀ ਇਹ ਠੀਕ ਹੈ ਕਿ ਪਿਛਲੇ ਸਬਾਰੀ ਜਦੋਂ ਆਪਣਾ ਵਰਦੀਆਂ ਪਰਚੇਸ ਹੋਈਆਂ ਸੀਗੀਆਂ ਤਾਂ ਇੱਕ ਭਾਰਤ ਸਰਕਾਰ ਵੱਲੋਂ ਹੈ ਐਸਾ ਟੈਂਡਰ ਦਾ ਕੰਡੀਸ਼ਨ ਸੀ ਕਿ ਅਗਰ ਤੁਸੀਂ ਸੈਂਟਰਲਾਈਜ਼ਡ ਬਾਏ ਕਰਨਾ ਚਾਹੁੰਦੇ ਹੋ ਤਾਂ ਸੈਂਟਰਲਾਈਜ਼ਡ ਵੀ ਬਾਏ ਕਰ ਸਕਦੇ ਹੋ ਤਾਂ ਇਸ ਕਰਕੇ ਉਸ ਵੇਲੇ ਦੇ ਸਿਸਟਮ ਨੇ ਇਹ ਸਮਝਿਆ ਕਿ ਜੀ ਕਿਉਂਕਿ ਵਕਤ ਬੜਾ ਘੱਟ ਰਹਿ ਗਿਆ ਸੀ ਤੇ ਵਰਦੀਆਂ ਦੀ ਪਰਚੇਸ 'ਚ ਡਿਲੇ ਹੋ ਰਹੀ ਸੀ ਤੇ ਬੱਚਿਆਂ ਨੂੰ ਪਿਛਲੇ 68 ਮਹੀਨਿਆਂ ਤੋਂ ਵਰਦੀਆਂ ਦਿੱਤੀਆਂ ਨਹੀਂ ਗਈਆਂ ਸੀਗੀਆਂ ਕੁਝ ਕਾਰਨਾ ਕਰਕੇ ਤਾਂ ਸੈਂਟਰਲਾਈਜ਼ ਪਰਚੇਸ ਹੋਈ ਜਿਹਦੇ ਕਰਕੇ ਸਾਈਜ਼ਸ ਦੀ ਵੀ ਕੰਪਲੇਂਟ ਆਈ ਤੇ ਕਿਸੇ ਨਾ ਕਿਤੇ ਜਗ੍ਹਾ ਦੇ ਉੱਪਰ ਬੱਚਿਆਂ ਨੂੰ ਵਰਦੀਆਂ ਪਸੰਦ ਨਹੀਂ ਆਈਆਂ ਤਾਂ ਉਸ ਦੀ ਗੱਲ ਆਈ ਇਸ ਤੋਂ ਪਹਿਲਾਂ ਦਾ ਸਿਸਟਮ ਇਹ ਹੁੰਦਾ ਸੀ ਕਿ ਵਰਦੀਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਤਹਿਤ ਕ੍ਰਿਤੀਆਂ ਜਾਂਦਿਆਂ ਸੀ ਤੇ ਅਸੀਂ ਇਸ ਵਾਰ ਉਸ ਐਕਸਪੀਰੀਅੰਸ ਨੂੰ ਮਾੜਾ ਦੇਖਦੇ ਹੋਏ ਅਸੀਂ ਦੁਬਾਰਾ ਸਕੂਲ ਮੈਨੇਜਮੈਂਟ ਕਮਿਟੀਜ਼ ਨੂੰ ਏਮਪਾਵਰ ਕਰਤਾ ਹੈ ਕਿ ਤੁਸੀਂ ਅੱਗੇ ਵੱਲ ਵਾਸਤੇ ਬਦਲੀਆਂ ਵਰਦੀਆਂ ਤੁਸੀਂ ਤੁਸੀਂ ਬਾਇ ਕਰ ਸਕਦੇ ਹੋ ਇਹਦੇ ਚ ਇੱਕ ਗੱਲ ਹੋਰ ਵੀ ਸੀ ਅਸੀਂ ਇਹ ਵੀ ਸੋਚਿਆ ਸੀਗਾ ਕਿ ਅਸੀਂ ਬੱਚਿਆਂ ਦੇ ਖਾਤਿਆਂ 'ਚ ਸਿੱਧਾ ਪੈਸਾ ਜਮ੍ਹਾਂ ਕਰਾ ਦਈਏ ਤਾਂ ਕਿ ਬੱਚਿਆਂ ਦੇ ਮਾਤਾ ਪਿਤਾ ਆਪਣੇ ਆਪ ਹੀ ਵਰਦੀ ਬਾਏ ਕਰ ਸਕਣ ਜਾਂ ਇਸ ਨੂੰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਨਾਲ ਟਾਈਪ ਕਰ ਦਈਏ ਜਿਹੜੀਆਂ ਬੜੀਆਂ-ਬੜੀਆਂ ਫਲਿੱਪਕਾਰਟ ਵਰਗੀਆਂ ਕੰਪਨੀਆਂ ਆ ਗਈਆਂ कि वह कोई ड्रैसिज की गल कर लिए कि जी वर्दी असी देनी है या जूते देने हैं तो वो प्लेटफॉर्म से बच्चा कि अपने सइज़ दे ऑर्डर करे तो डिलीवरी हो जाए mm -hmm. तो कि वे दैट इज़ इन द पाइपलाइन बिकॉज अभी वर्दियाँ हाले अगले साल देनी है पर लेकिन जो सेंट्रलाइज परचेज़ आला सिस्टम जो पिछली बार फॉलो होया अगली बार नहीं फॉलो कराँगे आदर इट विल बी अ डायरैक्ट पेमेंट टू द अकाउंट्स ऑफ द चिल्ड्रन और इट विल बी थ्रू द एस एम सीज़ द सिसम विच वॉज बींग फॉलोड फॉम सो मेनी ईयरस या उन्होंने एस एम सीज के थ्रू असी किसी ना किसी ऑनलाइन ਸਪਲਾਈ ਦੇ ਉੱਪਰ ਵੀ ਕਰ ਸਕਦੇ ਆ ਤਾਂ ਕਿ ਉਹਦੇ ਤੱਕ ਕੋਈ ਮਰਜ਼ੀ ਬੰਦਾ ਜਿਹੜੀ ਮਰਜ਼ੀ ਸਾਈਡ ਤੇ ਜਾ ਕੇ ਬਾਏ ਕਰ ਲੇ ਤਾਂ ਕਿ ਉਹਨੂੰ ਕੁਆਲਿਟੀ ਚੀਜ਼ ਵੀ ਆ ਜਾਏ ਉਹਦੇ ਸਾਫ ਦੀ ਵੀ ਆ ਜਾਏ ਉਹਦੀ ਪਸੰਦ ਦੀ ਵੀ ਆ ਜਾਏ ਤੇ ਪੈਸਾ ਪੂਰਾ ਯੂਟਿਲਾਈਜ਼ ਹੋ ਜੇ ਤੇ ਪੈਸਾ ਵੇਸਟ ਨਾ ਹੋਵੇ ਸੋ ਇਹ ਸਾਡਾ ਫੋਕਸ ਹੈ ਜਿਹੜੇ ਵਿੱਚ ਕਰਨਾ ਚਾਹੁੰਦੇ ਆ ਔਰ ਜਿੱਥੇ ਤੱਕ ਪ੍ਰਾਈਵੇਟ ਸਕੂਲਸ ਪਹਿਲਾਂ ਲੋਕਾਂ ਨੂੰ ਐਕਸਪਲੋਇਟ ਕਰਦੇ ਸੀ ਮੈਂ ਆਣ ਤੋਂ ਬਾਅਦ ਇੱਕ ਸਾਰਿਆਂ ਨੂੰ ਚਿੱਠੀ ਲਿਖ ਕੇ ਗੱਲ ਡੀਓਜ਼ ਦੇ ਰਾਹੀਂ ਕਨਵੇ ਕੀਤੀ ਹੈ ਕਿ ਜਿਹੜੀਆਂ ਦੁਕਾਨਾਂ ਉਹਨਾਂ ਨੇ ਫਿਕਸ ਕੀਤੀਆਂ ਹੁੰਦੀਆਂ ਸੀ ਬਾਜ਼ਾਰਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਕਿ ਜੀ ਸਾਡੀਆਂ ਵਰਦੀਆਂ ਤੁਸੀਂ ਸਿਰਫ ਉਹ ਦੁਕਾਨ ਤੋਂ ਲੈਣੀਆਂ ਜਿੱਥੇ ਵਰਦੀ ਦੇ ਉੱਪਰ ਲੇਬਲ ਲੱਗਿਆ ਹੋਇਆ ਤੇ ਇਸੇ ਜਾਂ ਇਹੀ ਦੁਕਾਨ ਤੋਂ ਕਿਤਾਬਾਂ ਲੈਣੀਆਂ ਅਸੀਂ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਪ੍ਰਾਈਵੇਟ ਸਕੂਲਜ਼ ਆਪਣੇ ਆਪਣੇ ਅ ویب سائٹ ਦੇ ਉੱਪਰ ਵਰਦੀਆਂ ਦਾ ਰੰਗ ਕਿਹੜੀ ਤਰ੍ਹਾਂ ਦੀ ਵਰਦੀ ਪੈਂਟ ਕਮੀਜ਼ ਤੇ ਸਵਟਰ ਦੀ ਜ਼ਰੂਰਤ ਹੈ ਉਹ ਜਿਹੜਾ ਰੰਗ ਪਾਉਣਗੇ ویب سائٹ ਦੇ ਉੱਪਰ ਤੇ ਜਿਹੜੀਆਂ ਕਿਤਾਬਾਂ ਜਿਹੜੀ ਕਲਾਸ ਨੂੰ ਲੱਗੀਆਂ ਉਹ ویب سائٹ ਦੇ ਉੱਪਰ ਰੱਖਣਗੇ ਤਾਂ ਕਿ ਬੱਚੇ ਤੇ ਬੱਚਿਆਂ ਦੇ ਮਾਤਾ ਪਿਤਾ ਕਿਸੇ ਮਰਜ਼ੀ ਜਗ੍ਹਾ ਤੋਂ ਜਾ ਕੇ ਆਪਣੀਆਂ ਵਰਦੀਆਂ ਬਾਏ ਕਰ ਸਕਦੇ ਆ ਆਪਣੇ ਕਿਤਾਬਾਂ ਬਾਏ ਕਰ ਸਕਦੇ ਆ ਔਰ ਜੇ ਜਿੱਤੇ ਤੱਕ ਲੋਗੋ ਦੀ ਗੱਲ ਹੈ ਛੋਟਾ ਬੈਚ ਹੁੰਦਾ ਸੀ ਜਿਹੜਾ ਆਪਾਂ ਆਪਣੀ ਸਕੂਲ ਦਾ ਬੈਚ ਆਪਾਂ ਲਗਾਉਂਦੇ ਸੀ ਤਾਂ ਸਕੂਲ ਵਾਲੇ ਬੰਦੇ ਆਪਣੀ ਦੁਕਾਨਾਂ ਤੋਂ ਬੈਚ ਵੇਚ ਸਕਦੇ ਆ ਆਪਣਾ ਤੇ ਹਰ ਬੱਚਾ ਆਪਣਾ ਬੈਚ ਲਗਾ ਕੇ ਆਵੇ ਤਾਂ ਉਹ दैट ਕੁਡ ਬੀ ਰਿਲੇਟਡ ਟੂ दैट ਸਕੂਲ ਤੋਂ ਮੈਂ ਸਮਝਦਾ ਕਿ ਇਹ ਚੀਜ਼ ਨੂੰ ਵੀ ਅਸੀਂ ਬੜੀ ਸਖਤੀ ਤਰੀਕੇ ਦੇ ਨਾਲ ਮਨਜ਼ੂਰ ਕਰਨ ਵਾਸਤੇ ਹਦਾਇਤਾਂ ਕੀਤੀਆਂ ਔਰ ਜਿਹੜਾ ਸਕੂਲ ਇਹਦੀ ਪਾਲਣਾ ਨਹੀਂ ਕਰੂਗਾ ਕੋਈ ਵੀ ਸਾਡੇ ਕੋਲੇ ਇਸ ਗੱਲ ਦਾ ਮੈਸੇਜ ਆ ਈਮੇਲ ਮੇਰੇ ਕੋਲ ਕਿਸੇ ਦੀ ਵੀ ਆਉਂਦੀ ਹੈ ਅਸੀਂ ਉਸ ਗੱਲ ਨੂੰ ਵੈਰੀਫਾਈ ਕਰਦੇ ਆਂ ਔਰ ਜਿੱਥੇ ਜਿੱਥੇ ਕੋਈ ਸਕੂਲ ਐਸਾ ਪਾਇਆ ਜਾਊਗਾ ਕਿ ਜਿਹੜਾ ਅੱਜ ਵੀ ਬੱਚਿਆਂ ਨੂੰ ਜਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਇਨਸਿਸਟ ਕਰਦਾ ਹੈ ਕਿ ਉਹ ਇਸੇ ਦੁਕਾਨ ਤੋਂ ਵਰਦੀਆਂ ਜਾਂ ਕਿਤਾਬਾਂ ਖਰੀਦਣ ਉਹਦੇ ਅਸੀਂ ਐਨਓਸੀ ਨੂੰ ਕੈਨਸਲ ਕਰਾਂਗੇ ਜੀ ਬਿਲਕੁਲ ਮਾਪਿਆ ਜੀ ਜੋ ਲੁੱਟ ਨੂੰ ਰੋਕਣ ਦੇ ਲਈ ਤੁਹਾਡੇ ਵੱਲੋਂ ਛਲਾਗਾ ਜੋ ਕਦਮ ਚੁੱਕਿਆ ਗਿਆ ਇਸੇ ਵਿੱਚ ਮੰਤਰੀ ਸਾਹਿਬ ਦੇਖਣਾ ਚਾਹੇਗਾ ਕਿ ਸਰਕਾਰੀ ਸਕੂਲਾਂ ਤੋਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਕਿ ਬਿਜਲੀ ਦੇ ਬਿੱਲ ਭਰਨ ਦੇ ਲਈ ਜਾਂ ਹੋਰ ਲੋੜਿੰਦੇ ਖਰਚੇ ਕਰਨ ਦੇ ਲਈ ਉਹਨਾਂ ਦੇ ਕੋਲ ਫੰਡਾਂ ਦੀ ਕਮੀ ਹੈ ਫੰਡਾਂ ਦੀ ਪੂਰਤੀ ਕਰਨ ਦੇ ਲਈ ਇਹ ਇਸ ਸਮੱਸਿਆ ਦਾ ਹੱਲ ਕਰਨ ਦੇ ਲਈ ਤੁਹਾਡੇ ਵੱਲੋਂ ਕੀ ਕੀਤਾ ਗਿਆ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਹੈ ਕਿ ਜਿਹੜੇ ਸਕੂਲ 스마트 ਸਕੂਲਸ ਦੇ ਵਾਸਤੇ ਬਿਲਡਿੰਗ ਇਨਫਰਾਸਟ੍ਰਕਚਰ ਨੂੰ ਕਮਿਊਨਿਟੀ ਸਪੋਰਟ ਦੇ ਨਾਲ ਪੂਰਾ ਕਰਨਗੇ ਅਸੀਂ ਉਹਨਾਂ ਨੂੰ ਆਪਣੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਦਾਂਗੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਮੈਂ ਸੋਲਰ ਪੈਨਲਸ ਦੀ ਵੀ ਕੀਤੀ ਹੈ ਤਾਂ ਇਸੇ ਤਰੀਕੇ ਨਾਲ ਮੈਂ ਦੱਸਣਾ ਚਾਹੁੰਦਾ ਪਿੱਛੇ ਜਿਹੇ ਵੀ ਮੈਂ ਭਾਰਤ ਸਰਕਾਰ ਨਾਲ ਗੱਲ ਕੀਤੀ ਸੀ ਤੇ ਅਸੀਂ ਅੰਦਾਜ਼ਨ 1200 ਸਕੂਲਾਂ ਨੂੰ ਫਰਸਟ ਫੇਜ਼ ਦੇ ਵਿੱਚ ਟੇਕ ਅਪ ਕਰ ਰਹੇ ਹਾਂ ਤਾਂ ਕਿ ਜਿਹੜੇ ਇਹ ਬਿਜਲੀ ਪ੍ਰੋਡਿਊਸਿੰਗ ਏਰੀਆਜ਼ ਬਣ ਜਾਣਗੇ ਸਾਡੇ ਵਾਸਤੇ ਇਹ ਸਕੂਲਜ਼ ਜਿਹਦੇ ਨਾਲ ਬਿਜਲੀ ਦਾ ਬਿੱਲ ਦਾ ਵੀ ਟੇਕ ਕੇਅਰ ਹੋ ਜਾਊਗਾ ਤੇ ਜਿਹੜੀ ਬਿਜਲੀ ਐਕਸਟਰਾ ਪ੍ਰੋਡਿਊਸ ਹੋਇਆ ਕਰੂਗੀ that will also act as a support to the school in terms of money ਤੋਂ ਇਸ ਕਰਕੇ ਦੇ ਇਹ ਵਾਲੀ ਚੀਜ਼ ਨੂੰ ਵੀ ਅਸੀਂ ਪ੍ਰੋਸੈਸ ਨੂੰ ਆਪਣੇ ਕੋਲੋਂ ਚਲਾਇਆ ਤਾਂ ਕਿ ਅਸੀਂ ਇੱਕ ਨੈਚੁਰਲ ਜਿਹੜੀ એનર્ਜੀ ਹੈ ਉਹਨੂੰ ਵੀ ਟੈਪ ਕਰ ਸਕੀਏ ਸਕੂਲ ਨੂੰ ਜਿਹੜੀ ਬਿਜਲੀ ਜ਼ਰੂਰਤ ਹੈ ਉਹ ਵੀ ਪੂਰੀ ਹੋ ਸਕੇ ਤੇ ਉਹਦੇ ਸਕੂਲ ਦੀ ਛੱਤ ਤੇ ਜਿਹੜੀ ਬਿਜਲੀ ਪੈਦਾ ਹੋਊਗੀ ਐਕਸਟਰਾ ਉਹਦੇ ਨਾਲ ਜਿਹੜੀ ਬਿਜਲੀ ਬੋਰਡ ਤੋਂ ਆਮਦਨ ਉਹ ਵੀ ਸਕੂਲ ਨੂੰ ਆ ਸਕੇ ਸੋ ਵੀ ਆਰ ਇਨ ਦੀ ਪ੍ਰੋਸੈਸ ਆਫ ਯੂ نو ਟਰਾਈਂਗ ਟੂ ਕੋਪ ਆਪ ਔਨ ਆਲ ðiਸ ਏਰੀਆਜ਼ ਜਿਹੜੀਆਂ ਚੀਜ਼ਾਂ ਤੁਸੀਂ ਪੁੱਛੀਆਂ ਜੀ ਮੰਤਰੀ ਸਾਹਿਬ ਤੁਹਾਡੇ ਵੱਲੋਂ ਲਗਾਤਾਰ ਕਈ ਸਕੀਮਾਂ ਲਾਗੂ ਕਰਨ ਦੀਆਂ ਗੱਲਾਂ ਕਈਆਂ ਗਈਆਂ ਹੈ ਕਈ ਪਾਲਿਸੀਆਂ ਬਣਾਉਣ ਦੀਆਂ ਗੱਲਾਂ ਕਈਆਂ ਗਈਆਂ ਪਰ ਮੌਜੂਦਾ ਸਮੇਂ ਦੇ ਵਿੱਚ ਖਸਤਾ ਹਾਲ ਇਮਾਰਤਾਂ ਦੇ ਵਿੱਚ ਖੋਫ ਦੇ ਸائے ਦੇ ਵਿੱਚ ਜੋ ਵਿਦਿਆਰਥੀ ਤੇ ਅਧਿਆਪਕ ਹੈ ਪੜਨ ਪੜਾਉਣ ਦੇ ਲਈ ਮਜਬੂਰ ਹੈ ਮੌਜੂਦਾ ਸਮੇਂ ਦੇ ਵਿੱਚ ਬੀਤ ਦਿਨੀ ਮਾਮਲਾ ਸਾਹਮਣੇ ਐਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਪਟਿਆਲੇ ਦੇ ਵਿੱਚ ਹੀ 81 ਵਿਦਿਆਰਥੀ ਹੈ 1 ਅਧਿਆਪਕ ਹੈ ਤੇ ਅਜੇ ਮੌਜੂਦਾ ਸਮੇਂ ਦੀ ਜੇਕਰ ਗੱਲ ਕਰੀਏ ਕਿਉਂਕਿ ਜੋ ਇਹ ਪਾਲਿਸੀਆਂ ਹੈ ਉਹ ਤਾਂ ਆਉਣ ਵਾਲੇ ਕੁਝ ਮਹੀਨਿਆਂ ਜਾਂ ਆਉਣ ਵਾਲੇ ਸਾਲਾਂ ਦੇ ਵਿੱਚ ਲਾਗੂ ਹੋਣਗੀਆਂ ਪਰ ਮੌ ਮੈਂ ਤੁਹਾਨੂੰ ਪਹਿਲਾਂ ਕਿ ਅੱਗੇ ਚੁੱਕਿਆ ਕਿ ਅਸੀਂ ਟ੍ਰਾਂਸਫਰ ਟੀਚਰ ਟ੍ਰਾਂਸਫਰ ਪਾਲਿਸੀ ਆਲਰੇਡੀ ਐਗਜ਼ੀਕਿਊਟ ਕਰਤੀ ਡਰਾਸ਼ਲਾਈਜ਼ੇਸ਼ਨ ਪਾਲਿਸੀ ਆਲਰੇਡੀ ਚੱਲ ਰਹੀ ਹੈ ਦਸੰਬਰ ਤੱਕ ਉਹ ਖਤਮ ਹੋ ਜਾਣੀ ਹੈ ਉਸ ਦੇ ਨਾਲ ਹੀ ਸਾਨੂੰ ਪਤਾ ਲੱਗ ਜਾਣਾ ਕਿ ਸਾਡੇ ਪੰਜਾਬ ਨੂੰ ਅੰਦਾਜ਼ਨ ਕਿੰਨੇ ਅਧਿਆਪਕਾਂ ਦੀ ਕਮੀ ਹੈ ਤੇ ਕਿੰਨੀ ਜ਼ਰੂਰਤ ਹੈ ਔਰ ਮੇਰੀ ਕੋਸ਼ਿਸ਼ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ 1 April 2020 ਤੱਕ ਆ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਆਪਣੇ ਸਾਰੇ ਸਕੂਲਾਂ ਦੇ ਜਿ ਵਿੱਚ ਜਿਹੜੀ ਅਧਿਆਪਕਾਂ ਦੀ ਕਮੀ ਹੈ ਜਾਂ ਖਾਮੀ ਹੈ ਅਸੀਂ ਉਹਨੂੰ ਪੂਰਾ ਕਰ ਸਕੀਏ ਤਾਂ ਕਿ ਬੱਚਿਆਂ ਦੀ ਸਿੱਖਿਆ ਦੇ ਵਿੱਚ ਕੋਈ ਦਿੱਕਤ ਨਾ ਆਵੇ ਜੀ ਬਿਲਕੁਲ ਮੰਤਰੀ ਸਾਹਿਬ ਤੁਸੀਂ ਪੀ ਡਬਲਯੂ ਡੀ ਮੰਤਰੀ ਵੀ ਹੋ ਇਨੀ ਦਿਨੀ ਜੋ ਸਿੱਖ ਸ਼ਰਧਾਲੂਆਂ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਇਆ ਜਾਣਾ ਹੈ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਤੁਹਾਡੇ ਵਿਭਾਗ ਦੇ ਕੋਲ ਹੈ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਇਸ ਗੱਲ ਦੇ ਧੰਨਵਾਦ ਕਰਦਾ ਹਾਂ कि मेनू आज ए सेवा ਦੇ ਵਿੱਚ ਹਿੱਸਾ ਪਾਣ ਦਾ ਮੌਕਾ ਮਿਲੇ ਔਰ ਮੈਂ ਆਪਣੇ ਆਪ ਨੂੰ ਬੜਾ ਖੁਸ਼ ਕਿਸਮਤ ਵੀ ਸਮਝਦਾ ਹੈ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਲੋਕ ਨਿਰਮਾਣ ਦਾ ਮਹਿਕਮਾ ਦੇ ਕੇ ਔਰ ਅੱਜ ਪਹਿਲੀ ਪਾਦਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦੀ ਸ਼ਤਾਬਦੀ ਸਮਾਰੋ ਜੋ ਪੂਰੇ ਵਿਸ਼ਵ ਦੇ ਵਿੱਚ ਹਰ ਜਗ੍ਹਾ ਤੇ ਸਾਰੇ ਲੋਕ ਮਨਾ ਰਹੇ ਹਨ ਉਸ ਦੇ ਕਿਉਂਕਿ ਸੁਲਤਾਨਪੁਰ ਲੋਧੀ ਇੱਕ ਇਤਿਹਾਸਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਬਹੁਤ ਸਾਰਾ ਵਕਤ ਆਪਣਾ بتایا ਤੇ ਉਸ ਜਗ੍ਹਾ ਦੀ ਸੇਵਾ ਵੀ ਮੇਰੇ ਮੈਨੂੰ ਜ਼ਮੇ ਮੇਰੇ ਜ਼ਮੇ ਲੱਗੀ ਹੈ ਮੈਂ ਤੇ ਮੇਰਾ محکمہ ਸੁਲਤਾਨਪੁਰ ਲੋਧੀ ਦੇ ਸ਼ਹਿਰ ਦੇ ਨਾਲ ਜੁੜੀਆਂ ਹੋਈਆਂ ਸੜਕਾਂ ਦੀ ਗੱਲ ਹੋਵੇ ਪੁਲਾਂ ਦੀ ਗੱਲ ਹੋਵੇ ਉਸ ਦੇ ਵਿੱਚ ਸ਼ਰਧਾਲੂਆਂ ਨੇ ਆਣਾ ਉਹਨਾਂ ਦੇ ਰਹਿਣ ਵਾਸਤੇ ਟੈਂਟ ਸਿਟੀ ਦੀ ਗੱਲ ਹੋਵੇ ਹਰ ਚੀਜ਼ ਦੇ ਵਿੱਚ ਅਸੀਂ ਜ਼ੋਰਦਾਰ ਤਰੀਕੇ ਨਾਲ ਕੰਮ ਕਰ ਰਹੇ ਹੋ ਔਰ ਪਿਛਲੇ 68 ਮਹੀਨਾ ਤੋਂ ਲਗਾਤਾਰ ਸਾਡਾ ਫੋਕਸ ਸੁਲਤਾਨਪੁਰ ਲੋਧੀ ਦੇ ਉੱਪਰ ਰਿਹਾ ਔਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੈਸਿਆਂ ਵੱਖੋਂ ਕਦੇ ਇਸ ਗੱਲ ਦੇ ਉੱਪਰ ਕੋਈ ਕਮੀ ਨਹੀਂ ਆਂਦੀ ਥੀ ਔਰ ਇਸ ਤੋਂ ਇਲਾਵਾ ਜਿਨਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਗੁਰੂ ਸਾਹਿਬ ਦੇ ਚਰਨ ਛੂਏ ਸੀਗੇ ਉਹ ਸਾਰੇ ਪਿੰਡਾਂ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਪੈਸਾ ਦੀ ਮਨਜ਼ੂਰੀ ਕੀਤੀ ਗਈ ਹੈ ਤਾਂ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੀ ਪਾਤਸ਼ਾਹੀ ਨੇ ਆਪਣੇ ਚਰਨ ਰੱਖੇ ਸੀ ਉਸ ਗੁਰਦੁਆਰਾ ਸਾਹਿਬ ਦੀ ਜਿਹੜੀ ਵਸਿਨਿਟੀ ਹੈ ਉਸ ਦੇ ਆਸ-ਪਾਸ ਦਾ ਇਲਾਕਾ ਉਹ ਸਾਰਾ ਵਧੀਆ ਤਰੀਕੇ ਨਾਲ ਸਾਫ਼ ਹੋ ਸਕੇ ਉੱਥੇ ਗੁਰੂ ਸਾਹਿਬ ਦੀ ਅੱਜ 550 ਸਾਲ ਦੀ ਸ਼ਤਾਬਦੀ ਦਾ ਸਮਾਰੋਹ ਸਾਰੇ ਉਸ ਇਲਾਕੇ ਦੇ ਲੋਕ ਉਸ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਬਣਾਉਣਗੇ ਤਾਂ ਉੱਥੇ ਜਾ ਕੇ ਵੀ ਉੱਥੇ ਵੀ ਵਧੀਆ ਤਰੀਕੇ ਨਾਲ ਕੰਮ ਹੋਵੇ ਸਰਕਾਰ ਨੇ 50-50 ਲੱਖ ਰੁਪਇਆ ਹਰ ਚਰਨਛੂ ਪਿੰਡ ਨੂੰ ਪਹਿਲੇ ਸਟੇਜ ਦੇ ਉੱਪਰ ਰਿਲੀਜ਼ ਕੀਤਾ ਹੈ ਔਰ ਅੱਗੇ ਜਿਹੜੇ ਜਿੱਥੇ ਸੇ ਹਲੇ ਨਹੀਂ ਗਿਆ ਉੱਥੇ ਵੀ ਚਲੇ ਜਾਊਗਾ ਇੱਕੋ ਹੀ ਥਾਟ ਹੈ ਕਿ ਅਸੀਂ ਸਾਰੇ ਕਰ ਸਕੀਏ ਇੱਕ ਗੱਲ ਜ਼ਰੂਰ ਹੈਗੀ ਕਰਤਾਰਪੁਰ ਸਾਹਿਬ ਲਾਂਗੇ ਦੀ ਮੁੱਖ ਮੰਤਰੀ ਸਾਹਿਬ ਵੱਲੋਂ ਮੁੱਚੇ ਪੰਜਾਬ ਕੈਬਨਿਟ ਵੱਲੋਂ ਇਸ ਗੱਲ ਦਾ ਜ਼ੋਰਦਾਰ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਕੋਲ ਵੀ ਪ੍ਰਸਤਾਵ ਰੱਖਿਆ ਗਿਆ ਸੀ ਔਰ ਇਹ ਕਿਹਾ ਸੀ ਕਿ ਪਾਕਿਸਤਾਨ ਦੀ ਸਰਕਾਰ ਨਾਲ ਵੀ ਅਸੀਂ ਗੱਲ ਕਰੀਏ ਕਿ ਅਸੀਂ ਪਾਸਪੋਰਟ ਨੂੰ ਮੰਡੀਟਰੀ ਨਾ ਕਰੀਏ ਤੇ ਪਾਸਪੋਰਟ ਕਿਉਂਕਿ ਬਹੁਤ ਸਾਰੇ ਗਰੀਬ ਲੋਕ ਹੈ ਬਹੁਤ ਸਾਰੇ ਲੋਕਾਂ ਕੋਲ ਪਾਸਪੋਰਟ ਹੀ ਨਹੀਂ ਹੈ ਔਰ ਜੇ ਅਜ ਪਾਸਪੋਰਟ ਬਣਾਉਣ ਦੀ ਗੱਲ ਕਰੀਏ ਚਾਹੀਏ ਜਿੰਨੇ ਮਰਜੀ ਸੈਂਟਰਸ ਖੋਲ੍ਹ ਲਿਏ ਪਰ ਪਾਸਪੋਰਟ ਬਣਾਉਣ ਵਾਸਤੇ ਵੀ ਬਹੁਤ ਖਰਚ ਆਊਗਾ ਔਰ ਸਿਰਫ 3.5 ਕਿਲੋਮੀਟਰ ਦਾ ਰਸਤਾ ਹੈ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੇ ਆਪਣੇ ਵੱਲੋਂ ਇਹ ਵੀ ਕਿਹਾ ਵੀ ਕੋਈ ਵੀ ਡਾਕੂਮੈਂਟ ਆਪਾਂ ਲੈ ਲਈਏ ਚਾਹੇ ਆਧਾਰ ਕਾਰਡ ਨੂੰ ਬਣਾ ਲੀਏ ਕੁਝ ਬਣਾ ਲੀਏ ਕਿਉਂਕਿ ਲੋਕਾਂ ਨੇ ਸੇ ਦਰਸ਼ਨ ਕਰਨ ਜਾਣਾ ਤੇ ਵਾਪਸ ਆ ਜਾਣਾ ਤੇ ਜੇ ਅਸੀਂ ਅੱਜ ਪਾਸਪੋਰਟ ਮੰਡੈਟਰੀ ਕਰਾਂਗੇ ਤਾਂ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਆਣਗੀਆਂ ਤੇ ਜੇ ਕਿਤੇ ਉਸ ਗੱਲ ਦੀ ਪ੍ਰਵਾਨਗੀ ਹੋ ਜੇ ਦੋਨੋਂ ਦੇਸ਼ਾਂ ਦੀਆਂ ਜਿਹੜਾ ਵਿਦੇਸ਼ ਮਹਿਕਮਾ ਹੈ ਉਹ ਇਸ ਗੱਲ ਤੇ ਉੱਪਰ ਸਹਿਮਤੀ ਦੇ ਦੇ ਤਾਂ ਇਹ ਜਿਹੜਾ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਬਣ ਰਿਹਾ ਹੈ ਜਿਸ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਪਰ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲਣੀ ਹੈ ਉਹ ਚਾਹੇ ਪਾਸਪੋਰਟ ਵਾਲੀ ਗੱਲ ਠੀਕ ਹੋ ਜਵੇ ਤਾਂ ਮੈਂ ਸਮਝਦਾ ਕਿ ਉਹਦੇ ਨਾਲ ਬਹੁਤ ਵੱਡੇ ਪੈਮਾਨੇ ਤੇ ਲੋਕਾਂ ਨੂੰ ਫਾਇਦਾ ਹੋਊਗਾ ਸਾਰਾ ਕੰਮ ਸਹੀ ਵਕਤ ਤੇ ਗੁਰਪੁਰਪ ਤੋਂ ਪਹਿਲਾਂ ਨਵੰਬਰ ਤੋਂ ਪਹਿਲਾਂ ਪਹਿਲਾਂ ਮੁਕੰਮਲ ਹੋ ਜਾਊਗਾ ਔਰ ਲੋਕਾਂ ਨੂੰ ਕੋਈ ਤਕਲੀਫ ਨਹੀਂ ਆਣ ਦਾਂਗੇ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਜਿੱਥੇ ਤੱਕ ਬੇਨਤੀ ਐਨੀ ਕੀ ਹੈ ਕਿ ਜੇ ਕਿਸੇ ਕਾਲ ਪਾਸਪੋਰਟ ਵਾਲੀ ਕੰਡੀਸ਼ਨ ਦੂਰ ਹੋ ਜਾਂਦੀ ਹੈ ਤਾਂ ਉਹਦੇ ਨਾਲ ਬਹੁਤ ਵੱਡੇ ਪੈਮਾਨੇ ਤੇ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਜਾਣ ਵਾਸਤੇ ਆਸਾਨੀ ਹੋਊਗੀ ਜੀ ਬਿਲਕੁਲ ਮੰਤਰੀ ਸਾਹਿਬ ਲਗਾਤਾਰ ਸਿੱਖ ਸ਼ਰਧਾਲੂਆਂ ਨੂੰ ਉਡੀਕ ਹੈ ਕਿ ਕਿਹੜੀ ਘੜੀ ਇਹ ਕਰਤਾਰਪੁਰ ਲਾਂਘਾ ਖੁੱਲਲੇ ਤੇ ਉਹ ਖੁੱਲਲੇ ਦਰਸ਼ਨ ਦੀਦਾਰੇ ਕਰਤਾਰਪੁਰ ਸਾਹਿਬ ਦੇ ਕਰ ਸਕਣ ਸੋ ਇਹ ਸੀ ਪੰਜਾਬ ਦੇ ਪੀ ਡਬਲਯੂ ਡੀ ਅਤੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਜੀ ਜਿਨ੍ਹਾਂ ਦੇ ਵੱਲੋਂ ਆਪਣੇ ਮਹਿਕਮੇ ਦੇ ਵਿੱਚ ਵੱਡੇ ਵੱਡੇ ਕਦਮ ਚੁੱਕੇ ਜਾ ਰਹੇ ਨੇ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਪੰਜਾਬ ਦੀ ਖੁਸ਼ਹਾਲੀ ਦੇ ਲਈ ਸੋ ਹੁਣ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਹੋ ਸ਼ੀ ਖਾਸ ਤੌਰ ਤੇ ਸਮਾਂ ਕੱਢਿਆ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ